जेडे साडे बीबा जी आ ते इन्हां दे जेडे पिता जी आ अनमोल गगन मान दे उन्हां दे करोड़ा रुपया घपला ते कई बंदे इल्जाम ला रहे आ। सुखपाल खैर MLA ओह वी कह रहा कि मानसा दे विचों कई कंपनियां चों इन्हां ने घपले किते आ, करोड़ां दे घपले किते आ। ते जेकर ਉਹ ਨਾ ਹੁਣ ਮੈਂ ਸੋਚ ਰਿਹਾ ਵੀ ਹਾਲੇ ਤੱਕ ਇਹਨਾਂ ਕੋਲ ਕੋਈ ਵੀ ਨਾ ਮੀਡੀਆ ਗਈ ਹੈ ਔਰ ਨਾ ਹੀ ਕੋਈ ਆਮ ਆਦਮੀ ਪਾਰਟੀ ਨੇ ਇਹ ਗੱਲ ਦੱਸੀ ਹੈ ਕਿ ਇਹ ਗੱਲ ਝੂਠ ਆ ਜਾਂ ਸੱਚੀ ਆ। ਹੁਣ ਇਹ ਤੁਹਾਨੂੰ ਵੀ ਪਤਾ ਕਿ ਧੂੰਆਂ ਉੱਥੋਂ ਹੀ ਨਿਕਲਦਾ ਜਿੱਥੇ ਅੱਗ ਮੱਚੀ ਹੋਵੇ, ਬਿਨਾਂ ਅੱਗ ਤੋਂ ਕਦੇ ਧੂੰਆਂ ਨਹੀਂ ਨਿਕਲਿਆ। ਜੇਕਰ ਪਰਾਲੀ ਦੀ ਗੱਲ ਕਰਦੇ ਹਾਂ ਤਾਂ ਧੂੰਆਂ ਵੀ ਉੱਥੇ ਨਿਕਲਦਾ ਜਿੱਥੇ ਪਰਾਲੀ ਸੜੀ ਹੋਊਗੀ, ਤਾਂ ਉਵੇਂ ਬਿਨਾਂ ਸਾੜੀ ਤੋਂ ਧੂੰਆਂ ਕਿਵੇਂ ਨਿਕਲੂਗਾ। ਇਸ ਕਰਕੇ ਮੈਂ ਅਨਮੋਲ ਗਗਨ ਮਾਨ ਨੂੰ ਕਹਿੰਦਾ ਬੀਬਾ ਕਿ ਸੱਚੇ ਹੁੰਦੀ ਆਪਾਂ ਨੂੰ ਲੋੜ ਨਹੀਂ ਗੀ, ਅਤੇ ਜੇਕਰ ਧੂੰਆਂ ਨਿਕਲ ਰਿਹਾ ਅਤੇ ਧੂੰਆਂ ਹੁਣ ਤੁਸੀਂ ਰੋਕੋ ਨਾ, ਧੂੰਆਂ ਨਿਕਲਿਆ ਅਤੇ ਉਹ ਅੱਗ ਮੱਚੀ ਜਾਂਦੀ ਹੈ ਜਿੱਥੇ ਉਹਨਾਂ ਨੂੰ ਕਹੋ ਭਾਈ ਸਾਹਿਬ ਇਹ ਅੱਗ ਮੱਚੀ ਆ ਜਾਂ ਇਸ ਗੱਲ ਦੀ ਮੱਚੀ ਹੈ, ਵੀ ਇਹ ਸਾਨੂੰ ਜ਼ਰੂਰ ਦੱਸੋ ਵੀ ਜਿਹੜੀ ਅੱਗ ਮੱਚੀ ਪਈ ਹੈ ਧੂੰਆਂ ਨਿਕਲ ਰਿਹਾ ਇਹ ਧੂੰਏ ਨੂੰ ਰੋਕੋ, ਅਤੇ ਜੇਕਰ ਅੱਗ ਸੱਚੀ ਆ ਤਾਂ ਜੇਕਰ ਆਮ ਆਦਮੀ ਪਾਰਟੀ ਦੇ ਵਿੱਚੋਂ ਤੁਸੀਂ ਲੀਡਰ ਚਾਹੁੰਦੇ ਤੁਹਾਨੂੰ ਚੁਣਿਆ ਜਾਂਦਾ, ਕਿਉਂਕਿ ਹੁਣ ਮੈਂ ਆਮ ਆਦਮੀ ਪਾਰਟੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਹਾਡੇ ਸਾਹਮਣੇ ਇਹਨਾਂ ਦੇ ਬਾਪ 'ਤੇ ਆਰੋਪ ਲੱਗ ਰਹੇ ਆ ਕਿ ਵੱਡੇ ਵੱਡੇ ਸਵਾਲ ਚੁੱਕੇ ਜਾ ਰਹੇ ਆ ਕਿ ਇਹਨਾਂ ਦਾ ਜਿਹੜਾ ਬਾਪ ਆ ਉਹਨੇ ਕਰੋੜਾਂ ਰੁਪਈਆਂ ਦਾ ਘਪਲਾ ਕੀਤਾ, ਅਤੇ ਕਈ MLA ਕਹਿ ਰਹੇ ਆ ਜਿਵੇਂ ਸੁਖਪਾਲ ਕਹਿ ਰਹੇ ਨੇ ਕਿਹਾ ਔਰ ਹੋਰ ਵੀ ਬੰਦੇ ਕਹਿ ਰਹੇ ਆ, ਫੇਸਬੁੱਕ 'ਤੇ ਫੋਟੋਆਂ ਵਾਇਰਲ ਹੋ ਰਹੀਆਂ ਕਿ ਜੇਕਰ ਸਬੂਤ ਚਾਹੀਦੇ ਅਸੀਂ ਸਬੂਤ ਦਿੰਦੇ ਹਾਂ, ਉਹ ਹੋ ਸਕਦਾ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਕੋਲ ਵੀ ਪਹੁੰਚ ਗਏ ਹੋਣ। ਪਰ ਗੱਲ ਇੱਥੇ ਮਾਰਦੀ ਆ ਕਿ ਆਮ ਆਦਮੀ ਪਾਰਟੀ ਦੇ ਹਲੇ ਵੀ ਪਿੰਡੇ 'ਤੇ ਜੂਣ ਹੀ ਸਰਕੀ ਜਾਂਦੀ ਤਾਂ ਫਿਰ ਤੁਸੀਂ ਆਪਦੇ ਹੁਣਾਂ ਲੋਹੀਆਂ ਲੈ ਕੇ ਰੱਖ ਭਗਵੰਤ ਮਾਨ, ਕਿਉਂਕਿ 2022 ਦੇ ਵਿੱਚ ਤੈਨੂੰ ਲੋਹੀ ਲੈਣੀ ਪੈਣੀ ਆ, ਜਿੱਤਣਾ ਤਾਂ ਫਿਰ ਵੀ ਤੂੰ ਨਹੀਂ ਗਿਆ ਕਿਉਂਕਿ ਐਕਟੀ ਫਿਰ ਆਪਾਂ ਜਿਹੜੀਆਂ 2017 ਦੇ ਵਿੱਚ ਗਲਤੀਆਂ ਕੀਤੀਆਂ ਉਦੋਂ ਤਾਂ ਗਲਤੀ ਕੀਤੀ ਸੀ, ਐਕਟੀ ਗਲਤੀਆਂ ਹੀ ਹੋ ਰਹੀਆਂ, ਤਾਂ 2022 ਦੇ ਵਿੱਚ ਵੀ ਇਹ ਪਾਰਟੀ ਨਹੀਂ ਆ ਸਕਦੀ। 2022 ਦੇ ਵਿੱਚ ਪਾਰਟੀ ਲਿਆਉਣੀ ਹੈ ਤਾਂ ਇਹਦੇ ਵਿੱਚ ਤੁਸੀਂ ਬੰਦੇ ਇਮਾਨਦਾਰ ਲਿਆਓ, ਸਾਨੂੰ ਇਮਾਨਦਾਰ ਚਾਹੀਦੇ ਆ ਬੰਦੇ, ਅਸੀਂ ਇਹ ਨਹੀਂ ਚਾਹੁੰਦੇ ਕਿ ਤੀਜੀ ਧਿਰ ਆਵੇ ਨਾ, ਅਸੀਂ ਇਹੀ ਚਾਹੁੰਦੇ ਹਾਂ। ਅੱਜ ਪੰਜਾਬ ਦੇ ਬੱਚੇ ਦੀ ਫੁਕਾਰ ਹੈ ਕਿ ਤੀਜੀ ਧਿਰ ਆਉਣੀ ਚਾਹੀਦੀ ਆ, ਪਰ ਆਉਣੀ ਚੰਗੀ ਚਾਹੀਦੀ ਆ। ਜੇਕਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਲਿਬੜੇ ਹੋਏ ਤਿੱਲੇ ਪਾਉਂਗੇ ਤਾਂ ਸਾਡਾ ਜਵਾਬ ਹੈ, ਇਹ ਮੇਰੀ ਬੇਨਤੀ ਆ, ਅਤੇ ਮੇਰੀ ਇਹ ਬੇਨਤੀ ਆ ਜਿਵੇਂ ਤੁਹਾਡੀ ਕੇਂਦਰ ਸਰਕਾਰ ਨਹੀਂ ਸੁਣਦੀ, ਜਿਵੇਂ ਤੁਹਾਡੀ ਲੋਕ ਸਭਾ 'ਚ ਨਹੀਂ ਸੁਣੀ ਜਾਂਦੀ, ਜਿਵੇਂ ਪੰਜਾਬ ਦੇ ਵਿੱਚ ਤੁਹਾਡੇ ਆ ਕਾਂਗਰਸ ਨਹੀਂ ਸੁਣਦੀ, ਅਤੇ ਜਦੋਂ ਅਕਾਲੀ ਦਲ ਹੁੰਦਾ ਅਕਾਲੀ ਦਲ ਨਹੀਂ ਸੁਣਦਾ, ਅਤੇ ਅੱਜ ਅਸੀਂ ਤੁਹਾਨੂੰ ਸਵਾਲ ਕਰੀ ਜਾਂਦੇ ਤਾਂ ਤੁਸੀਂ ਵੀ ਨਹੀਂ ਸੁਣਦੇ, ਤਾਂ ਫਿਰ ਤੁਹਾਨੂੰ ਮੈਂ ਕਹਿਣਾ ਚਾਹੂੰਗਾ ਕਿ ਸੱਪ ਹੀ ਆ, ਤਿੰਨੇ ਹੀ ਸੱਪ ਆ, ਕਿਉਂਕਿ ਡੰਗ ਮਾਰਨਾ ਕਿਸੇ ਦਾ ਰੰਗ ਚਿੱਟਾ ਅਤੇ ਕਿਸੇ ਦਾ ਕਾਲਾ ਅਤੇ ਕਿਸੇ ਦਾ ਮਿੱਟੀ ਰੰਗਾ, ਅਤੇ ਇਹ ਸੱਪ ਆ, ਅਤੇ ਮੇਰੀ ਇਹ ਬੇਨਤੀ ਹੈ ਵੀ ਅਸੀਂ ਤੁਹਾਨੂੰ ਵੀ ਸੱਪ ਕਹਿ ਰਹੇ ਹਾਂ ਹੁਣ, ਅਤੇ ਸਾਡੀ ਇਹੀ ਬੇਨਤੀ ਹੈ ਜਿੰਨਾ ਕਿ ਚਿਰ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਚੰਗੇ ਬੰਦੇ ਪਾਰਟੀ ਦੇ ਵਿੱਚ ਨਹੀਂ ਲਿਆਉਂਗੇ ਤਾਂ ਅਸੀਂ ਉਹਨਾਂ ਚਿਰ ਤੁਹਾਨੂੰ ਇਹ ਪੰਜਾਬ ਨਹੀਂ ਦੇਣਾ, ਅਤੇ ਅਸੀਂ ਪੰਜਾਬ ਤੁਹਾਨੂੰ ਦੇਣਾ ਚਾਹੁੰਦੇ ਹਾਂ, ਕਿਉਂਕਿ ਸਾਨੂੰ ਪੰਜਾਬ ਚਾਹੀਦਾ ਚੰਗਾ ਪੰਜਾਬ, ਅਤੇ ਚੰਗਾ ਪੰਜਾਬ ਤਾਂ ਹੀ ਆ ਸਕਦਾ ਜੇਕਰ ਇਹ 'ਚ ਚੰਗੇ ਲੀਡਰ ਆਉਣਗੇ। ਜਿਨ੍ਹਾਂ ਨੇ ਤਾਂ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਸੀ ਉਹਨਾਂ ਦਾ ਪੋਤਾ ਅੱਜ ਮੁੱਖ ਮੰਤਰੀ ਆ ਸਾਡੇ ਪੰਜਾਬ ਦੇ ਵਿੱਚ, ਅਤੇ ਜਿਹਨੇ ਜਨਰਲ ਡਾਇਰ ਨੂੰ ਰੋਟੀ ਖਵਾਈ ਸੀ ਉਹਦਾ ਪੋਤਰਾ ਅਤੇ ਪੋਤਰੀ ਇੱਕ ਕੇਂਦਰੀ ਮੰਤਰੀ ਰਹਿ ਚੁੱਕੀ ਆ ਅਤੇ ਇੱਕ ਸਾਬਕਾ ਮੰਤਰੀ ਆ ਪੰਜਾਬ ਦਾ, ਅਤੇ ਜਿਹਨੇ ਜਨਰਲ ਡਾਇਰ ਨੂੰ ਬਦਲਾ ਲੈਣ ਵਾਸਤੇ ਮਾਰਿਆ ਸੀ ਅੱਜ ਉਹਨਾਂ ਦੇ ਪੋਤਰੇ ਦਿਹਾੜੀ ਕਰਦੇ ਫਿਰਦੇ ਆ, ਸਾਡਾ ਸੜਦਾ ਖੂਨ। ਇਹ ਜਿਹੜੀ ਮੈਂ ਤੁਹਾਨੂੰ ਕੋਈ ਭਾਸ਼ਣ ਦੇ ਤੌਰ 'ਤੇ ਨਹੀਂ ਕਹਿ ਰਿਹਾ, ਕਿਉਂਕਿ ਮੈਂ ਕਿਸੇ ਲੀਡਰ ਦਾ ਪੁੱਤ ਨਹੀਂ ਜਿਹੜਾ ਮੈਂ ਭਾਸ਼ਣ ਦੇਵਾਂ, ਪਰ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਕਿ ਜਦੋਂ ਅਸੀਂ ਸ਼ਹੀਦਾਂ ਦੀਆਂ ਗੱਲਾਂ ਸੁਣਦੇ ਹਾਂ ਤੁਹਾਡੇ ਮੂੰਹ 'ਚੋਂ, ਜਾਂ ਅਸੀਂ ਕਿਸੇ ਧਰਨਿਆਂ ਦੇ ਵਿੱਚ ਉਹਨਾਂ ਦੀਆਂ ਜਦੋਂ ਕੋਈ ਝਾਕੀਆਂ ਕੱਢਦੇ ਆ ਵੀ ਹਾਂਜੀ ਅਸੀਂ ਆਏ ਹਾਂ ਅਸੀਂ ਜਿਉਂ ਆ, ਉਦੋਂ ਸਾਨੂੰ ਬਹੁਤ ਦੁੱਖ ਹੁੰਦਾ ਕਿ ਜਿਹੜੇ ਸਾਡੇ ਸ਼ਹੀਦ ਹੋਣ ਜਿਨ੍ਹਾਂ ਨੇ ਸਾਡੀ ਇੰਡੀਆ ਖਾਤਰ ਕੀ ਕੁਛ ਕੀਤਾ ਅਤੇ ਉਹ ਸਾਰੇ ਲੋਕਾਂ ਦੇ ਸਾਹਮਣੇ ਆ, ਉਹਨਾਂ ਦੇ ਪੋਤਰੇ ਅੱਜ ਜਦੋਂ ਦਿਹਾੜੀਆਂ ਅਸੀਂ ਸੁਣਦੇ ਹਾਂ ਵੀ ਦਿਹਾੜੀਆਂ ਕਰਦੇ ਆ, ਅਸੀਂ ਜਿਉਂਦੇ ਜੀ ਮਰ ਜਾਂਦੇ ਹਾਂ, ਅਤੇ ਅਸੀਂ ਕਹਿ ਅਸੀਂ ਬੇਨਤੀ ਕਰਨੀ ਚਾਹੁੰਦਾ ਹੁਣ ਮੈਂ ਕਹਾਂ ਤੁਹਾਨੂੰ ਵੀ, ਮੈਂ ਕਿਹੜੇ ਲੀਡਰ ਨੂੰ ਬੇਨਤੀ, ਹੋਰ ਮੈਂ ਕਿਸੇ ਨੂੰ ਨਹੀਂ ਕਰਦਾ, ਮੈਂ ਆਮ ਆਦਮੀ ਪਾਰਟੀ ਨੂੰ ਬੇਨਤੀ ਕਰਦਾ, ਕਿਉਂਕਿ ਸ਼ਹੀਦਾਂ ਦੀਆਂ ਤੁਸੀਂ ਗੱਲਾਂ ਕਰਦੇ ਆ ਅਤੇ ਸ਼ਹੀਦਾਂ ਦੇ ਪੁੱਤਾਂ ਨੂੰ ਆਪਦੀ ਪਾਰਟੀ ਦੇ ਵਿੱਚ ਐਡ ਕਰੋ, ਜਿਹੜੇ ਉਹਨਾਂ ਨੂੰ ਅਹੁਦੇ ਦੇਣੇ ਆ ਮਾੜੇ ਮੋਟੇ ਜ਼ਰੂਰ ਦਿਓ ਵੀ ਉਹਨਾਂ ਨੂੰ ਮਹੀਨੇ ਦੀ 30-35 ਹਜ਼ਾਰ ਕੁਛ ਨਾ ਕੁਛ ਉਹਨਾਂ ਦੇ ਘਰੇ ਵੜੇ ਅਤੇ ਉਹ ਸੁੱਖ ਦੀ ਰੋਟੀ ਖਾਣ, ਜਿੱਥੇ ਸਾਨੂੰ ਦੂਜੀਆਂ ਪਾਰਟੀਆਂ ਨੇ ਵੋਟੀ ਕਰ ਖਾ ਲਿਆ, ਇਹ ਤੁਹਾਨੂੰ ਵੀ ਪਤਾ ਸਾਰੇ ਲੋਕਾਂ ਨੂੰ ਪਤਾ, ਜਿੱਥੇ ਸਾਨੂੰ ਇੰਨੀਆਂ ਪਾਰਟੀਆਂ ਨੇ ਵੋਟੀ ਕਰ ਖਾਧਾ, ਅਤੇ ਜੇਕਰ ਕੋਈ ਸਾਡੇ ਮਾਸ ਦਾ ਟੁਕੜਾ ਭਾਈ ਸਾਡੇ ਸ਼ਹੀਦਾਂ ਦੇ ਪੁੱਤ ਖਾ ਲੈਣਗੇ, ਉਹਨਾਂ ਦੇ ਪੋਤਰਾ ਖਾ ਲੈਣਗੇ, ਸਾਨੂੰ ਕੋਈ ਦੁੱਖ ਨਹੀਂ।